ਦਿਨ ਦਿਹਾੜੇ ਇੱਕ ਨੌਜਵਾਨ ਦੇ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਨੌਜਵਾਨ ਆਪਣੇ ਪਰਿਵਾਰ ਨੂੰ ਲੈ ਕੇ ਟਰੈਕਟਰ ਟਰਾਲੀ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਸੀ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਇਹ ਤਰਨ ਤਾਰਨ ਦੇ ਨੇੜੇ ਪਹੁੰਚਦਾ ਤਾਂ ਪਿੱਛੋਂ ਆਏ ਬਾਈਕ ਦੇ ਉੱਤੇ ਦੋ ਹਮਲਾਵਰਾਂ ਦੇ ਵੱਲੋਂ ਇਸ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਇਸ ਜੋ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ, ਜਿੱਥੇ ਜਾ ਕੇ ਇਸ ਦੀ ਮੌਤ ਹੋ ਜਾਂਦੀ ਹੈ। ਤਾਂ ਬੇਹੱਦ ਹੀ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਆਪਣੇ ਪਰਿਵਾਰ ਨੂੰ ਲੈ ਕੇ ਇਹ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਇਆ ਤਾਂ ਰਸਤੇ ਦੇ ਵਿੱਚ ਦੋ ਬਾਈਕ ਸਵਾਰ ਹਮਲਾਵਰ ਆਉਂਦੇ ਨੇ ਤੇ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸ਼ਰੇਆਮ ਦਿਨ ਦਿਹਾੜੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਕਤਲ ਕੀਤਾ ਗਿਆ ਹੋ ਸਕਦਾ, ਕਿਉਂਕਿ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੀ ਪਿੰਡ ਦੇ ਵਿੱਚ ਇੱਕ ਬੰਦੇ ਦੇ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਹੈ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਾਫੀ ਸਖਤ ਇਲਜ਼ਾਮ ਜੋ ਨੇ ਉਸ ਦੇ ਉੱਤੇ ਵੀ ਲਗਾਏ ਗਏ ਨੇ। ਤਾਂ ਬੇਹੱਦ ਹੀ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਸ਼ਖਸ ਜਦੋਂ ਆਪਣੇ ਪਰਿਵਾਰ ਨੂੰ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਟਰੈਕਟਰ ਟਰਾਲੀ ਰਾਹੀਂ ਰਵਾਨਾ ਹੋਇਆ ਤਾਂ ਤਰਨ ਤਾਰਨ ਦੇ ਨੇੜੇ ਆ ਕੇ ਹਮਲਾਵਰ ਉਸਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ। ਤਿੰਨ ਗੋਲੀਆਂ ਇਸ ਨੌਜਵਾਨ ਦੇ ਲੱਗੀਆਂ ਨੇ, ਜਿਸ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਜਲਦ ਤੋਂ ਜਲਦ ਇਨਸਾਫ ਦੀ ਗੁਹਾਰ ਪੁਲਿਸ ਪ੍ਰਸ਼ਾਸਨ ਦੇ ਕੋਲ ਲਗਾਈ ਜਾ ਰਹੀ ਹੈ। ਤਾਂ ਪਰਿਵਾਰ ਨੇ ਹੁਣ ਪੁਲਿਸ ਨੂੰ ਵੀ ਇਸਦੀ ਸ਼ਿਕਾਇਤ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੋਟਰਸਾਈਕਲ ਤੇ ਹੌਲੀ ਹੌਲੀ ਜੇ ਇੱਕ ਜੱਜ ਇੱਕ ਹੀਰਾ ਮਗਰ ਗੱਡੀ ਤੇ ਆਉਣ ਦਿਆ ਸੀਗਾ। ਹੀਰਾ ਵੀ ਦੋ ਕਹਿੰਦਾ ਸਾਡਾ ਗਵਾਂਢੀ ਸਾਹਮਣੇ ਰਹਿੰਦਾ ਆ ਤੇ ਉਹਦੀ ਮੰਮੀ ਨਾਲ ਜਿੰਦੀ ਤੇ ਹੀਰਾ ਮਗਰ ਗੱਡੀ ਨੇ ਖੁਦ ਵੇਖਿਆ ਆਪਣੀ ਅੱਖੀ। ਦੋ ਮੁੰਡੇ ਆਏ ਤੇ ਉਹਨਾਂ ਦੇ ਤਿੰਨ ਗੋਲੀਆਂ ਲੱਗ ਗਈਆਂ ਤੇ ਉਸ ਤੋਂ ਬਾਅਦ ਹਸਪਿਟਲ ਲੈ ਕੇ ਉਹਨਾਂ ਦੀ ਡੈਥ ਹੋ ਗਈ। ਉਹ ਨਹੀਂ ਹੈਗੇ ਕੋਈ ਪੁਰਾਣੀ ਲੜਾਈ? ਹਾਂਜੀ ਹੈਗੀ ਸੀ, ਲੜਦੇ ਸੀਗੇ ਕੁਝ ਪੁਰਾਣਾ ਲੜਾਈ ਝਗੜਾ ਹੈਗਾ ਸੀਗਾ। ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ, ਉਹਨਾਂ ਦੀ ਬਕਾਇਦਾ ਗੱਡੀ 'ਚ ਰਿਕਾਰਡਿੰਗ ਵੀ ਹੈਗੀ ਆ। ਜਿਹਨਾਂ ਵੱਲੋਂ ਗੋਲੀਆਂ ਚਲਾਈ ਉਹ ਕਿੰਨੇ ਜਾਣੇ ਆਏ ਸੀ? ਉਹ ਦੋ ਜਾਣੇ ਮੁੰਡੇ ਸੀਗੇ, ਹਾਂਜੀ ਮੋਟਰਸਾਈਕਲ ਤੇ ਸੀ ਤੇ ਜਿਹੜਾ ਹੀਰਾ ਸੀ ਉਹ ਕੱਲਾ ਗੱਡੀ ਦੇ ਮਗਰ ਆਇਆ ਸੀਗਾ। ਤਿੰਨ ਗੋਲੀਆਂ, ਤਿੰਨੇ ਲੱਗੀਆਂ ਆ। ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਫਰਾਰ ਹੋ ਗਿਆ ਮੁੜ ਕੇ? ਉਹ ਗੱਡੀ ਦੇ ਮਗਰ ਆਉਣ ਦਿਆ ਸੀਗਾ, ਉਸ ਤੋਂ ਬਾਅਦ ਗਾਣਾ ਇਹ ਨਹੀਂ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਏ ਆ, ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ। ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੇ ਮੁੰਡਿਆਂ ਨੇ। ਹਾਂਜੀ ਆਨੰਦਪੁਰ ਸਾਹਿਬ ਜਾਂਦੇ ਸੀਗੇ। ਤੇ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਉਹਨਾਂ ਦੇ ਪਰਚਾ ਕਰਨਾ ਹੈ ਦੋਨਾਂ ਮਾਂ ਪੁੱਤਾਂ ਤੇ, ਉਹਨਾਂ ਦਾ ਹੀ ਹੱਥ ਹੈ ਪੂਰਾ। ਹੀਰਾ ਹੀਰੇ ਨੇ ਮਰਵਾਇਆ ਹੈ ਉਹਨੂੰ, ਉਹ ਮੂੰਹ ਮੂੰਹਾਂ ਦੇ ਹੁੰਦੇ ਸੀ, ਅਸੀਂ ਇਹਨੂੰ ਮਾਰਨਾ ਹੈ ਮਗਰ ਲੱਗੇ ਸੀਗੇ ਬੜੇ ਚਿਰ ਦੇ। ਉਹਨਾਂ ਨੇ ਪਤਾ ਸੀ ਅਸੀਂ ਆਨੰਦਪੁਰ ਸਾਹਿਬ ਜਾਣਾ ਆ ਤੇ ਉਸ ਰਾਤ ਦਾ ਉਹਨਾਂ ਨੂੰ ਪਤਾ ਸੀ ਤੇ ਸਵੇਰੇ ਉਹਨਾਂ ਨੇ ਆਹ ਕੰਮ ਕੀਤਾ ਆ। ਤੇ ਪਲੀਜ਼ ਉਹਨਾਂ ਨੂੰ ਇਨਸਾਫ ਚਾਹੀਦਾ, ਉਹਨਾਂ ਦੇ ਪਰਚਾ ਹੋਣਾ ਚਾਹੀਦਾ ਦੋਵਾਂ ਮਾਂ ਪੁੱਤਾਂ ਦੇ। ਹੀਰਾ ਮਗਰ ਗੱਡੀ ਲਾ ਗਏ ਸਭ, ਹੀਰਾ ਨੂਰ ਮਗਰੇ ਲੱਗਿਆ ਦੋ ਬੰਦੇ ਇਹਨਾਂ ਤਰਨ ਤਾਰਨ ਨੂੰ ਲਾਇਆ, ਪਤਾ ਨਹੀਂ ਤਰਨ ਤਾਰਨ ਦੇ ਕਿੱਥੋਂ ਦੇ ਆ ਜਿਹਨਾਂ ਗੋਲੀਆਂ ਮਾਰੀਆਂ। ਇਹਨੇ ਪੂਰੀ ਸੂਹ ਰੱਖੀ ਆ ਵੀ ਕਦੋਂ ਇਹਨਾਂ ਨਿਕਲਣਾ ਤੇ ਕਦੋਂ ਜਾਣਾ ਕਦੋਂ ਆਉਣਾ। ਕਿਹਨੇ ਸੂਹ ਰੱਖੀ ਹੈ ਜੀ? ਹੀਰੇ ਨੇ। ਤੇ ਕਿਹਦੇ ਗੋਲੀ ਵੱਜੀ ਹੈ ਜੀ? ਜੱਜਵੀਰ ਦੇ। ਤੁਸੀਂ ਕੀ ਲੱਗਦੇ ਹੋ ਤੁਹਾਡੇ? ਮੈਂ ਮੇਰਾ ਮੁੰਡਾ ਜੀ। ਕਿੰਨੀ ਉਮਰ ਹੋ ਗਈ? ਇਹਦੀ 40 ਸਾਲ ਉਮਰ ਜੀ। ਤੇ ਵਿਆਹ ਜੀ? ਵਿਆਹ ਜੀ, ਦੋ ਬੱਚੇ ਆ ਜੀ। ਕੋਈ ਪੁਰਾਣੀ ਰੰਗੀ ਸੀ ਲੱਗਦੀ? ਕੋਈ ਸਾਡੀ ਇਹਨਾਂ ਦਾ ਮੁੰਡਾ ਜੀ ਇਤਰਾ ਐਕਸੀਡੈਂਟ ਹੋ ਕੇ ਮਰਿਆ ਤੇ ਉਹਦੀ ਖੋਰ ਰੱਖੀ ਆਉਂਦੇ ਬੜੇ ਚਿਰ ਦੀ ਖੋਰ ਪੁਰਾਣੀ ਰੱਖੀ ਆਉਂਦੇ। ਉਹ ਕਹਿੰਦੇ ਤੈਨੂੰ ਛੱਡਣਾ ਨਹੀਂ ਅਸੀਂ ਤੇ ਇਹਨਾਂ ਕੰਮ ਕਰਤਾ। ਉਹਦਾ ਕਿੰਨੀਆਂ ਗੋਲੀਆਂ ਲੱਗੀਆਂ? ਚਾਰ ਗੋਲੀਆਂ। ਚਾਰ ਗੋਲੀਆਂ ਲੱਗੀਆਂ ਜੀ। ਪੁਲਿਸ ਪਹੁੰਚੇ ਮੌਕੇ ਤੇ? ਪੁਲਿਸ ਗਈ ਜੀ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਕਰਦੇ ਪੂਰੀ ਪਰਚਾ ਠੋਕ ਕੇ ਹੋਵੇ ਇਹਨਾਂ ਦਾ। ਇਹਦਾ ਇੱਕ ਬਾਹਰ ਇਹਦਾ ਕੀ ਲੱਗਦਾ ਪੱਕਾ ਕੀ ਲੱਗਦਾ?
ਹਥਿਆਰ ਥੂ ਰੋਜ਼ ਗੈਂਗਸਟਰ ਬਣਿਆ। ਇਹ ਪਿੰਡ ਦੋਕੇ ਥਾਣਾ ਕਰਿੰਡਾ, ਇਹਨਾਂ ਦੀ ਆਪਸ ਚ ਪਿੰਡ ਚ ਕੋਈ ਟੱਸਰਬਾਜ਼ੀ, ਆਪਸ ਜ਼ਮੀਨ ਤੋਂ ਝਗੜਾ ਚੱਲਦਾ ਆ। ਇਹ ਅੱਜ ਜਾ ਰਹੇ ਸੀਗੇ ਮੱਥਾ ਟੇਕਣ ਟਰਾਲੀ ਦੇ ਟਰੈਕਟਰ ਤੇ, ਇਹਦੇ ਪਿੱਛੋਂ ਗੋਲੀਆਂ ਮਾਰੀਆਂ। ਬਾਕੀ ਆਪਾਂ ਤਫਤੀਸ਼ ਕਰ ਰਹੇ ਹਾਂ। ਆਪਣਾ ਬੰਡਾਲੇ ਪਿੰਡ ਦੇ ਕੋਲ 4 ਗੋਲੀਆਂ ਲੱਗੀਆਂ।